ਲੁਧਿਆਣਾ ਦੇ ਜਲੰਧਰ ਬਾਈਪਾਸ ਦੇ ਕੋਲ ਸਥਿਤ ਮਸਕੀਨ ਨਗਰ ਵਿੱਚ ਦੋ ਧਿਰਾਂ ਵਿਚਾਲੇ ਪ੍ਰਾਪਰਟੀ ਵਿਵਾਦ ਨੂੰ ਲੈ ਕੇ ਜੰਮ ਕੇ ਕੁੱਟਮਾਰ ਹੋਈ। ਇਸ ਦੌਰਾਨ ਦੋਵੇਂ ਧਿਰਾਂ ਵੱਲੋਂ ਖੂਹ ਬੇਟਾਂ ਰੋੜੇ ਅਤੇ ਡਾਂਗਾ ਚਲਾਈਆਂ ਗਈਆਂ, ਜਿਸ ਵਿੱਚ ਦੋਹਾਂ ਧਿਰਾਂ ਦੇ ਲੋਕ ਜ਼ਖਮੀ ਹੋ ਗਏ। ਜਾਣਕਾਰੀ ਦਿੰਦਿਆਂ ਪਹਿਲੀ ਧਿਰ ਨੇ ਆਰੋਪ ਲਾਇਆ ਕਿ ਉਹਨਾਂ ਦੇ ਪਲਾਟ 'ਤੇ ਦੂਜੀ ਧਿਰ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਅਤੇ ਅਦਾਲਤ ਨੇ ਉਹਨਾਂ ਦੇ ਹੱਕ ਵਿੱਚ ਫੈਸਲਾ ਸੁਣਾਇਆ ਅਤੇ ਪਲਾਟ ਦੇ ਸਾਰੇ ਕਾਗਜ਼ ਵੀ ਸਾਡੇ ਕੋਲ ਮੌਜੂਦ ਨੇ। ਇਸ ਦੇ ਬਾਵਜੂਦ ਅਸੀਂ ਆਪਣੇ ਪਲਾਟ ਵਿੱਚ ਗੱਡੀਆਂ ਖੜ੍ਹੀਆਂ ਕਰਨ ਗਏ ਤਾਂ ਦੂਜੀ ਧਿਰ ਨੇ ਸਾਡੇ 'ਤੇ ਹਮਲਾ ਕਰ ਦਿੱਤਾ। ਉੱਥੇ ਹੀ ਦੂਜੀ ਧਿਰ ਨੇ ਆਪਣੇ 'ਤੇ ਲੱਗੇ ਆਰੋਪਾਂ ਨੂੰ ਨਕਾਰਦੇ ਹੋਏ ਪਹਿਲੀ ਧਿਰ 'ਤੇ ਹੀ ਹਮਲਾ ਕਰਨ ਦੇ ਦੋਸ਼ ਲਾ ਦਿੱਤੇ। ਮੇਰਾ ਨਾਮ ਪਰਮਿੰਦਰ ਕੌਰ ਆ, ਇਹ ਜਗ੍ਹਾ ਦੇ ਕਾਗਜ਼ ਆ, ਮੇਰੇ ਨਾਲ ਰਜਿਸਟਰੀ ਆ, ਸਾਰਾ ਕੁਛ ਆ ਤੇ ਉਹਨਾਂ ਨੇ ਨਾ ਨਜਾਇਜ਼ ਕਬਜ਼ਾ ਕੀਤਾ ਆ ਆਪਣੇ ਘਰ ਦੇ ਵਿੱਚੋਂ, ਦਰਵਾਜ਼ਾ ਕੱਢ ਕੇ ਸਾਡੇ ਪਲਾਟ ਨੂੰ ਕੱਢਿਆ ਹੋਇਆ ਆ ਤੇ ਅਸੀਂ ਜਦ ਆਪਣੀਆਂ ਗੱਡੀਆਂ ਉੱਥੇ ਖੜੀਆਂ ਕਰਨ ਗਏ ਤੇ ਸਾਨੂੰ ਉਹਨਾਂ ਨੇ ਬਹੁਤ ਰੋੜੇ ਬਹੁਤ ਮਾਰੇ ਆ। ਮੇਰਾ ਬੇਟਾ ਬਹੁਤ ਸੀਰੀਅਸ ਆ, ਬਹੁਤ ਇਹਨੂੰ ਕੁੱਟਿਆ, ਗਲਾ ਵੀ ਕੁੱਟਿਆ ਤੇ ਬਹੁਤ ਉਹਨਾਂ ਨੇ ਮਾਰ ਕੁਟਾਈ ਕੀਤੀ ਆ ਤੇ ਗੱਡੀਆਂ ਸਾਡੀਆਂ ਵੀ ਭੰਨ ਦਿੱਤੀਆਂ ਆ। ਤੇ ਜਿਹੜੀ ਪ੍ਰਾਪਰਟੀ ਪਹਿਲਾਂ ਇਹਦੀ ਕੰਪਲੇਂਟ ਤੁਸੀਂ ਸ਼ਿਕਾਇਤ ਕਦੇ ਕੀਤੀ ਹੋਵੇ? ਹਾਂਜੀ, ਅਸੀਂ ਸਾਰਿਆਂ ਕੋਲ ਗਏ ਆ, ਕੋਈ ਕਿਤੇ ਨਹੀਂ ਸੁਣਵਾਈ ਹੁੰਦੀ ਹੈ। ਕਿੱਥੇ ਗਏ ਸੀ ਪਹਿਲਾਂ ਤੁਸੀਂ? ਅਸੀਂ ਆਪਣੇ ਆ ਜਿਹੜੀ ਸੇਮਟਾਪੁਰੀ ਥਾਣੇ 'ਚ ਗਏ ਆ, ਸੀਪੀ ਸਾਹਿਬ ਕੋਲ ਗਏ ਆ, ਉਹਨਾਂ ਨੇ ਮਾਰਕ ਕਰਕੇ ਭੇਜ ਦਿੱਤਾ ਜੀ ਉਹ ਇੱਧਰ ਚਲ ਜਾਓ। ਸਭ ਪਾਸੇ ਗਏ, ਕਿਸੇ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਤੇ ਜੇ ਅਸੀਂ ਖੁਦ ਆਪਣਾ ਹਿੱਸਾ ਲੈਣ ਗਏ ਆਪਣੇ ਥਾਂ 'ਚ ਗਏ ਆ ਤੇ ਇਹ ਉਹਨਾਂ ਨੇ ਮੂਹਰੇ ਗੁੰਡੇ ਸੱਦ ਕੇ ਤੇ ਸਾਨੂੰ ਕਟਵਾਇਆ ਆ, ਇੱਟਾਂ ਮਾਰੀਆਂ ਸਾਡੇ। ਅਸੀਂ ਆਪਣੀਆਂ ਗੱਡੀਆਂ ਹੰਡਾਉਣ ਗਏ ਸੀਗੇ, ਉੱਥੇ ਇਹਨਾਂ ਨੇ ਬੰਦੇ ਸੱਦੇ ਸਾਡੇ 'ਤੇ, ਨਜਾਇਜ਼ ਇੱਟਾਂ ਮਾਰੀਆਂ, ਲੇਡੀਜ਼ ਨੂੰ ਕੁੱਟਿਆ, ਲੇਡੀਜ਼ ਦੇ ਵਾਲ ਖਿੱਚੇ, ਪੱਟੇ, ਲੱਤਾਂ ਮਾਰੀਆਂ, ਲੇਡੀਜ਼ ਦੇ ਇੱਥੇ ਤੱਕ ਮਾਰਿਆ ਵੀ, ਲੇਡੀਜ਼ ਨੂੰ ਬਹੁਤ ਮਾਰਿਆ, ਮੈਨੂੰ ਵੀ ਬਹੁਤ ਮਾਰਿਆ ਇਹਨਾਂ ਨੇ। ਇਹ ਦਸ ਕੁ ਜਾਣੇ ਸੀਗੇ, ਇਹਨਾਂ ਨੇ ਮੈਨੂੰ ਕੁੱਟਿਆ, ਇਹਨਾਂ ਨੇ ਮੈਨੂੰ ਥੱਲੇ ਲੰਮਾ ਪਾ ਗਏ, ਮੇਰੇ ਮੁੱਕੇ ਮਾਰੇ, ਮੇਰੇ ਡਾਂਗਾ ਮਾਰੀਆਂ, ਇੱਟਾਂ ਮਾਰੀਆਂ, ਇੱਥੇ ਮੇਰੇ ਤਾਂ ਨਹੀਂ, ਮੇਰੇ ਦਾਤ ਮਾਰੇ, ਕੀ ਮਾਰਿਆ। ਤੇ ਇਹ ਮਾਮਲਾ ਕਿਸ ਚੀਜ਼ ਨੂੰ ਲੈ ਕੇ ਆ? ਮਾਮਲਾ ਸਾਡਾ ਪਲਾਟ ਆ, ਇਹਨਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਆ, ਕਿਉਂਕਿ ਅਸੀਂ ਕਬਜ਼ਾ ਕੀਤਾ, ਅਸੀਂ ਨਹੀਂ ਛੱਡਣਾ, ਤੁਸੀਂ ਜੋ ਕਰਨਾ। ਕਹਿੰਦੇ 35 ਸਾਲ ਦਾ ਸਾਡਾ ਰਸਤਾ ਕੱਢਿਆ, ਵਿੱਚੋਂ ਕੀ ਹੈਗਾ? ਹਾਂਜੀ, ਉਹਨਾਂ ਨੇ ਰਸਤਾ ਕੱਢਿਆ ਹੋਇਆ, ਅੰਦਰ ਚ ਤਾਂ ਉਹਨਾਂ ਨਾਲ ਮਕਾਨ ਆ, ਉਹਨਾਂ ਨੇ ਵਿੱਚੋਂ ਦਰਵਾਜ਼ਾ ਕੱਢਿਆ ਹੋਇਆ ਆ, ਉੱਥੋਂ ਹੀ ਚੱਕ ਕੇ ਉਹਨਾਂ ਨੇ ਇੱਟਾਂ ਮਾਰਨੀਆਂ ਸ਼ੁਰੂ ਕਰਤੀਆਂ, ਅਸੀਂ ਬਸ ਗੱਲਬਾਤ ਹੀ ਕਰਨ ਗਿਆ ਸੀ। ਮਾਮਲਾ ਜੀ, ਪਲਾਟ ਸਾਡਾ 32 ਸਾਲ ਦਾ ਪਲਾਟ ਹੈ ਸਾਡਾ, ਇਹ ਪਾਰਟੀ ਆਈ ਜ਼ਬਰਦਸਤੀ, ਗੇਟ ਖੁੱਲ੍ਹਾ ਸੀ, ਅੰਦਰ ਆ ਗਏ, ਅੰਦਰ ਆ ਕੇ ਇੱਟਾਂ ਉੱਟਾਂ 'ਚ ਮਾਰੀਆਂ ਇਹਨਾਂ ਨੇ, ਇੱਟਾਂ ਉੱਟਾਂ ਮਾਰ ਕੇ ਤੇ ਫਿਰ ਮੈਂ ਮੜ ਜਾ ਕਿਹਾ, ਮੈਂ ਕਿਹਾ ਮੇਰੇ ਪੈਰ 'ਤੇ ਇੱਟ ਵੱਜੀ ਅਤੇ ਪਿੱਛੇ ਨੂੰ ਹੋ ਗਏ, ਫਿਰ ਕਹਿੰਦੇ ਸਾਡਾ ਤੁਹਾਡਾ ਦਰਵਾਜ਼ਾ ਅੰਦਰਲਾ ਬੰਦ ਕਰਨਾ, ਹੋਰ ਇੱਟਾਂ ਲਾ ਦੇਣੀਆਂ, ਉਹ ਤੋਂ ਬਾਅਦ ਗਾਲ ਗਲਾਂ ਬਹੁਤ ਕੱਢੀਆਂ ਉਹਨਾਂ ਨੇ ਅਤੇ ਫਿਰ ਇਸ ਸਾਈਡ 'ਤੇ ਇੱਥੇ ਥੋੜ੍ਹੇ ਮਾਰੇ, ਫਿਰ ਮੈਂ ਇੱਧਰ ਖੜ ਗਈ, ਫਿਰ ਉਹਨਾਂ ਨੇ ਆਹ ਵਾਲਾ ਗੇਟ ਲਾਇਆ ਖੋਲਿਆ। ਕੋਈ ਦਰਖਾਸਤ ਇਹ ਤੋਂ ਪਹਿਲਾਂ ਕਮਿਸ਼ਨ ਸਾਹਿਬ ਨੂੰ ਦਿੱਤੀ ਹੋਵੇ ਜਾਂ ਕੋਈ ਕੋਰਟ ਕੇਸ ਚੱਲਦਾ ਹੋਵੇ? ਕੋਈ ਇੱਕ ਦਰਖਾਸਤ ਦਿੱਤੀ ਸੀ। ਹਾਂਜੀ, ਕਿੱਥੇ ਦਿੱਤੀ? ਤੰਗ ਕਰਦੇ ਸੀਗੇ, ਥਾਣੇ ਇੱਥੇ ਦਿੱਤੀ ਸੀ।